ਜਸਟਿਸ ਮਹਿੰਦਰ ਸਿੰਘ ਜੋਸ਼ੀ ਦੀ ਕਹਾਣੀ ਕਹਤੇ ਹਨ ਜਿਸ ਕੋ ਇਸ਼ਕ ਮੈਂ ਬੜੀ ਭੱਦੀ ਕਿਸਮ ਦਾ ਇਕਲਖੋਰਾ ਨਾ ਕਿਸੇ ਦੀਆਂ ਚਾਹਾਂ ਖਾਣਿਆਂ ਤੇ ਜਾਣਾ ਨਾ ਕਿਸੇ ਨੂੰ ਸੱਦਣਾ ਮੰਗਣਿਆਂ ਵਿਆਹਾਂ ਮੁੰਡਣਾਂ ਦੇ ਕਾਰਡ ਆਉਂਦੇ ਹਨ ਤਾਂ ਉਹਨਾਂ ਦੀਆਂ ਤਰੀਕਾਂ ਸਮੇਂ ਲਗਭਗ ਹਮੇਸ਼ਾ ਹੀ ਭੁੱਲ ਜਾਂਦੇ ਹਨ ਯਾਦ ਰਹਿਣ ਤਾਂ ਵੀ ਕੋਈ ਘਰ ਬੈਠਿਆਂ ਕਰਨ ਵਾਲਾ ਜ਼ਰੂਰੀ ਕੰਮ ਗਾਲਾ ਪੈਂਦਾ ਤੇ ਮੈਂ ਆਪਣੀ ਚਾਰਪਾਈ ਨਾਲ ਹੀ ਬਿਝਿਆ ਰਹਿਣ ਲਈ ਬੇਬਸ ਹੋ ਜਾਂਦਾ ਸਾਂ ਸ਼ੋਰ ਨਾ ਸੜਕ ਦਾ ਹੋਵੇ ਨਾ ਕਿਚੰਦਾ ਉੰਜ ਘਰ ਦੇ ਜੀ ਆਪਣੇ ਧੰਦੇ ਲੱਗੇ ਤੁਰਦੇ ਫਿਰਦੇ ਖੜੇ ਬੈਠੇ ਮਹਿਸੂਸ ਹੋਣ ਤੇ ਮੈਂ ਆਪ ਹੱਥ ਵਿੱਚ ਇਹ ਮੇਰੀ ਐਸ਼ ਹੈ ਇਹੋ ਮੇਰਾ ਸਵਰਗ ਉਹ ਐਤਵਾਰ ਦਾ ਦਿਨ ਸੀ ਤੇ ਮੈਂ 10 ਵਜੇ ਤੁੱਪੇ ਲਾਂਚ ਨੋਵਲ ਫੜੀ ਕੇਸ ਸੁਕਾਰਿਆ ਸੀ ਕਿ ਇੱਕ ਟਾਂਗਾ ਸਾਡੀ ਕੋਠੀ ਦੇ ਦਰਵਾਜ਼ੇ ਅੱਗੇ ਆ ਖੜਾ ਹੋਇਆ ਇਸ ਕੋਠੀ ਦੇ ਆਲੇ-ਦੁਆਲੇ ਕੋਈ ਹੋਰ ਮਕਾਨ ਨਹੀਂ ਸਨ ਸਾਹਮਣੇ ਹਾਈ ਕੋਰਟ ਦੀ ਕਚਹਿਰੀ ਛੁੱਟੀ ਕਾਰਨ ਬੰਦ ਸੀ ਚੌਕੀਦਾਰ ਪਤਾ ਨਹੀਂ ਕਿੱਥੇ ਬੈਠਾ ਬੀੜੀ ਫੂਕ ਰਿਹਾ ਸੀ ਤਾਂਗੇ ਦੀ ਆਮਦ ਨੇ ਮੈਨੂੰ ਚੰਕਾ ਜਾ ਦਿੱਤਾ ਤਾਂਗੇ ਦੀਆਂ ਸਵਾਰੀਆਂ 'ਚ ਇੱਕ ਬੜੀ ਖੂਬਸੂਰਤ ਲੰਮੀ ਪਤਲੀ ਛੈਲ ਕੁੜੀ ਸੀ ਮੈਂ ਖੋਜ ਲਈ ਰਿਹਾ ਸੀ ਕਿ ਕੌਣ ਹੋ ਸਕਦੀ ਹੈ ਜਦ ਇਹ ਅਖਬਾਰਾਂ 'ਚ ਕੰਮ ਕਰਨ ਵਾਲੇ ਮੇਰੇ ਚੰਗੇ ਵਾਕਫ ਸੱਜਣ ਉਸੇ ਤੰਗ ਉਸੇ ਤਾਂਗੇ 'ਚ ਨਮੂਦਾਰ ਹੋਏ ਤੇ ਬੋਲੇ ਇੱਕ ਮੁਸੀਬਤ ਦੇ ਮਾਰੇ ਤੁਹਾਡੇ ਕੋਲ ਹਾਜ਼ਰ ਹੋਏ ਆ ਜੇ ਕੁਝ ਕਰ ਸਕੋ ਤਾਂ ਮੈਂ ਕਿਹਾ ਗੱਲ ਕੀ ਹੈ ਬੋਲੇ ਇੱਕ ਕੁੜੀ ਮੇਰੇ ਇੱਕ ਲੱਖਪਤੀ ਪਰਮ ਮਿੱਤਰ ਦੀ ਸੈਬਜ਼ਾਦੀ ਹੈ ਜਿਹੜਾ ਮੁੰਡਾ ਇਹਦੇ ਬਰਾਬਰ ਦੀ ਸੀਟ ਤੇ ਬੈਠਾ ਹੈ ਟੁੱੱਚਾ ਤੇ ਮਲੰਗ ਇਹਨੂੰ ਟਿਊਸ਼ਨ ਪੜਾਉਣ ਲਈ ਰੱਖਿਆ ਸੀ ਪਰ ਉਹਦੀ ਬੁੱਧੀ ਤੇ ਪਰਦਾ ਪਾ ਕੇ ਦਿੱਲੀ ਤੇ ਹੋਰ ਨਾ ਜਾਣੇ ਕਿੱਥੇ-ਕਿੱਥੇ ਉਧਾਲੀ ਫਿਰਿਆ ਲੜਕੀ ਦੇ ਅਗਵਾ ਦਾ ਮੁਕੱਦਮਾ ਦਰਜ ਹੋਇਆ ਤਾਂ ਹੁਣ ਕਹਿ ਰਿਹਾ ਇਹ ਮੇਰੀ ਪਤਨੀ ਹੈ ਅਸੀਂ ਇੱਕ ਮੰਦਰ ਚ ਬਾਕਾਇਦਾ ਸ਼ਾਦੀ ਕਰ ਲਈ ਐ ਇਹ ਦੇਖੋ ਮਿਸਟਰ ਤੇ ਮਿਸ ਜਮਾ ਜੁਦਾਰ ਦੇ ਸਾਂਝੇ ਅਕਾਊਂਟ ਦੀ ਪਾਸਬੁੱਕ ਹੁਣ ਦੁਨੀਆ ਦੀ ਕੋਈ ਤਾਕਤ ਸਾਨੂੰ ਜੁਦਾ ਨਹੀਂ ਕਰ ਸਕਦੀ ਮੈਂ ਕੁੜੀ ਨੂੰ ਆਖਿਆ ਤੂੰ ਘੱਟੋ ਘੱਟ ਆਪਣੇ ਘਰ ਜੰਜ ਮੰਗਵਾ ਕੇ ਵਿਆਹ ਕਰਵਾ ਲੈ ਤਾਂ ਸਭ ਸਬ ਵੀ ਪੱਤਰਹਿ ਜਾਏ ਇਸ ਤਰ੍ਹਾਂ ਤਾਂ ਅਸੀਂ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹੀ ਇਹ ਕਹਿੰਦੀ ਐ ਸ਼ਾਦੀ ਤਾਂ ਮੇਰੀ ਹੋ ਚੁੱਕੀ ਐ ਦੁਬਾਰਾ ਕਰਨ ਦਾ ਕੀ ਮਤਲਬ ਤੇ ਮੈਨੂੰ ਐਵੇਂ ਹੀ ਆਪਣੇ ਮਾਂ-ਬਾਪ ਦੀ ਗੱਲ ਦਾ ਇਤਬਾਰ ਨਹੀਂ ਨਾ ਜਾਣੇ ਮੈਨੂੰ ਜਾਨੂ ਮਾਰ ਦੇਣ ਜਾਂ ਕਿਸੇ ਕੋਠਰੀ ਚ ਕੈਦ ਕਰਕੇ ਬਾਹਾਂ ਦੇ ਮੈਂ ਕੁੜੀ ਬੁਲਾਈ ਤੇ ਉਹਨੂੰ ਦੱਸਿਆ ਮੈਂ ਫਰਸਟ ਕਲਾਸ ਮੈਜਿਸਟਰੇਟਾ ਤੇ ਸਰਦਾਰ ਹਰਦੇਤ ਸਿੰਘ ਤੇਰੇ ਚਾਚਾ ਜੀ ਬੜੇ ਜ਼ਿੰਮੇਵਾਰ ਕਿਸਮ ਦੇ ਆਦਮੀ ਹਨ ਜਿਹੜੀ ਗੱਲ ਇਹ ਮੇਰੇ ਸਾਹਮਣੇ ਕਰਨਗੇ ਉਹਨੂੰ ਜ਼ਰੂਰ ਅਮਲੀ ਜਾਮਾ ਪਹਿਨਾਉਣਗੇ ਉਹਨੇ ਇੱਕ ਕਾਗਜ਼ ਦੀਪ ਚੋਂ ਕੱਢਿਆ ਤੇ ਜਾਨੂ ਮੇਰੀ ਜ਼ਬਾਨ ਬੰਦ ਕਰਨ ਲਈ ਮੇਰੀਆਂ ਅੱਖਾਂ ਅੱਗੇ ਫੈਲਾ ਦਿੱਤਾ ਇਹ ਉਹਦਾ ਮੈਟ੍ਰਿਕਿਉਲੇਸ਼ਨ ਦਾ ਸਰਟੀਫਿਕੇਟ ਸੀ ਉਦੇ ਮੁਤਾਬਕ ਸੁਰਿੰਦਰ ਕੌਰ ਦੀ ਉਮਰ 18 ਸਾਲ ਤੋਂ ਉੱਪਰ ਬਣਦੀ ਸੀ ਮੈਂ ਕਾਗਜ਼ ਪੜ੍ਹ ਲਿਆ ਤਾਂ ਕਹਿਣ ਲੱਗੀ ਮੈਂ ਬਾਲਗ ਔਰਤਾਂ ਜੇ ਤੁਸੀਂ ਮੈਜਿਸਟਰੇਟ ਹੋ ਤਾਂ ਵੀ ਮੈਨੂੰ ਮੇਰੀ ਮਰਜ਼ੀ ਦੇ ਖਿਲਾਫ ਮੇਰੇ ਪਤੀ ਤੋਂ ਅੱਡ ਕਰਕੇ ਮੇਰੇ ਮਾਪਿਆਂ ਦੇ ਘਰ ਨਹੀਂ ਭੇਜ ਸਕਦੇ ਮੈਂ ਜਵਾਬ ਦਿੱਤਾ ਤੂੰ ਜੋ ਕੁਝ ਕਹਿ ਰਹੀ ਹੈਂ درست ਹੈ ਤੈਨੂੰ ਕਿਸੇ ਤਰ੍ਹਾਂ ਮਜਬੂਰ ਕਰਨ ਦਾ ਮੇਰਾ ਕੋਈ ਇਰਾਦਾ ਨਹੀਂ ਪਰ ਸਰਦਾਰ ਹਰਦਿਤ ਸਿੰਘ ਜੀ ਕਹਿੰਦੇ ਹਨ ਤੂੰ ਉਹਨਾਂ ਨਾਲ ਚਲੀ ਜਾਵੇਂ ਤਾਂ ਤੇਰਾ ਵਿਆਹ ਆਪਣੀ ਬਰਾਦਰੀ ਦੇ ਸਾਹਮਣੇ ਤੇਰੀ ਅੱਛਾ ਅਨਸਾਰੀ ਕਰ ਦੰਗੇ ਇਸ ਤਰ੍ਹਾਂ ਇਹਨਾਂ ਦੀ ਇੱਜ਼ਤ ਬਰਕਰਾਰ ਰਹਿ ਜਾਏ ਤੈਨੂੰ ਕੀ ਹਰਜ਼ ਹੈ ਜਿਹੜੇ ਮਾਤਾ ਪਿਤਾ ਨੇ ਤੈਨੂੰ ਪਾਲਿਆ ਪੜਾਇਆ ਉਹਨਾਂ ਤੋਂ ਕੋਈ ਬਦਲੇ ਤਾਂ ਨਹੀਂ ਲੈਣੇ ਕੁੜੀ ਨੇ ਹਰਦਿਤ ਸਿੰਘ ਉਹਨਾਂ ਨੂੰ ਕਿਹਾ ਕਿ ਜੇ ਤੁਸੀਂ ਐਈਓ ਗੱਲ ਮੇਰੇ ਸਾਹਮਣੇ ਮੈਜਿਸਟ੍ਰੇਟ ਸਾਹਿਬ ਨੂੰ ਕਹਿ ਦਿਓ ਤਾਂ ਮੈਂ ਤੁਹਾਡੇ ਨਾਲ ਜਾਣ ਨੂੰ ਤਿਆਰ ਹਾਂ ਉਹ ਕਹਿੰਦੇ ਹਾਂ ਜਿਵੇਂ ਤੂੰ ਕਹੇਂਗੀ ਉਸੇ ਤਰ੍ਹਾਂ ਤੇਰੀ ਸ਼ਾਦੀ ਕਰਵਾਉਣ ਦਾ ਮੈਂ ਜਮਾ ਲੈਣਾ ਉਹਨਾਂ ਦਿਆਏ ਬਚਨ ਤੇ ਕੁੜੀ ਦਾ ਮਨ ਟਿਕ ਗਿਆ ਤੇ ਉਸੇ ਤਾਂਗੇ 'ਚ ਬਹਿ ਕੇ ਆਪਣੇ ਪੇਕੇ ਘਰ ਚਲੀ ਗਈ। ਦੋ ਤਿੰਨ ਦਿਨ ਬਾਅਦ ਹਰਦਿਤ ਸਿੰਘ ਉਹਣੀ ਕਚੈਰੀਆਂ 'ਚ ਆਏ ਤਾਂ ਮੈਂ ਸੁਭਾਵਕ ਪੁੱਛਿਆ ਵੀ ਤੁਹਾਡੀ ਭਤੀਜੀ ਦਾ ਕੀ ਹਾਲ ਹੈ? ਉਹ ਕਹਿੰਦੇ ਹੁਣ ਕਾਫੀ ਠੀਕ ਹੈ। ਉਹਨੂੰ ਅਹਿਸਾਸ ਹੋਣ ਲੱਗਾ ਕਿ ਮੈਂ ਮਾਪੇ-ਬਾਪ ਦੀ ਇਜਾਜ਼ਤ ਤੋਂ ਬਿਨਾਂ ਘਰੋਂ ਜਾ ਕੇ ਇਹਨਾਂ ਦੇ ਦਿਲ ਨੂੰ ਸਖਤ ਠੇਸ ਪੁਚਾਈ ਤੇ ਇਹਨਾਂ ਨੂੰ ਸਮਾਜ ਦੀਆਂ ਨਜ਼ਰਾਂ 'ਚ ਘਿਰਾ ਦਿੱਤਾ। ਇੱਕ ਦੋ ਦਿਨ ਹੋਰ ਬੀਤ ਗਏ ਤਾਂ ਸੁਰਿੰਦਰ ਦੇ ਪ੍ਰੇਮੀ ਨੂੰ ਉਬਲ-ਤੁਬਲੀ ਲੱਗਣ ਲੱਗੀ ਧੀ ਵਾਲਿਆਂ ਵੱਲ ਸ਼ਾਮਿਆਂ ਨੇ ਕਨਾਤਾਂ ਝੰਡੀਆਂ ਕਿਉਂ ਨਹੀਂ ਲਾਈਆਂ ਜਾ ਰਹੀਆਂ ਉਹਦੀ ਆਪ ਸਿੱਧੇ ਮੱਥੇ ਕੁੜੀ ਦੇ ਪਿਓ ਨਾਲ ਗੱਲ ਕਰਨ ਦੀ ਹਿੰਮਤ ਨਾ ਪਵੇ ਉਹਨੇ ਇੱਕ ਵਕੀਲ ਦੀ ਰਾਏ ਲਈ ਤੇ ਦਫਾ 100 ਜ਼ਾਬਤਾ ਫੌਜਦਾਰੀ ਦੀ ਦਰਖਾਸਤ ਦਾਗ ਦਿੱਤੀ ਮਾਜੂਮਦਾਰ ਨੇ ਕਿਹਾ ਕਿ ਸਤੰਦਰ ਮੇਰੀ ਕਾਨੂੰਨ ਕਾਨੂੰਨ ਅਨੁਸਾਰ ਵਿਆਹੀ ਵੋਟੀ ਹੈ ਉਹਨੂੰ ਉਹਦੇ ਬਾਪ ਨੇ ਨਜਾਇਜ਼ ਹਿਰਾਸਤ 'ਚ ਰੱਖਿਆ ਹੋਇਆ ਹੈ ਉਹਨੂੰ ਅਦਾਲਤ 'ਚ ਪੇਸ਼ ਕਰਵਾਇਆ ਜਾਏ। ਅਦਾਲਤ ਨੇ ਕੁੜੀ ਦੀ ਹਾਜ਼ਰੀ ਲਈ, ਵਾਰੰਟ ਜਾਰੀ ਕਰ ਦਿੱਤਾ। ਸਤਿੰਦਰ ਤੋਂ ਸ਼ਰਮਿੰਦਗੀ ਦੇ ਮਾਰੇਆਂ ਘਰਦਿਆਂ ਨਾਲ ਕੋਈ ਗੱਲਬਾਤ ਨਹੀਂ ਸੀ ਹੁੰਦੀ। ਉਸ ਛੋਟੇ ਜਿਹੇ ਸ਼ਹਿਰ 'ਚ ਬਹੁਤ ਸਾਰੇ ਲੋਕ ਜਾਣੂ ਹੋਣ ਕਰਕੇ ਉਹ ਬਾਹਰ ਜਾਂਦੀ ਵੀ ਘਤਰੌਂਦੀ। ਜਿੱਚਾਈ ਨੇ ਉਹਨੇ ਆਪਣੇ ਛੋਟੇ ਭਰਾ ਦੇ ਹੱਥ ਆਪਣੀ ਇੱਕ ਬਹੁਤ ਅਜੀਬ ਸਹੇਲੀ ਬੁਲਾ ਭੇਜੀ ਪਰ ਅਗੋਂ ਜਵਾਬ ਆ ਗਿਆ ਉਹ ਕਰਨੀ। ਸਤਿੰਦਰ ਨੂੰ ਪਤਾ ਸੀ ਕਿ ਜਤਿੰਦਰ ਅਜੇ ਵੇਲੇ ਕਿਤੇ ਨਹੀਂ ਜਾਂਦੀ ਹੁੰਦੀ। ਕਿ ਉਹਦੀ ਕਥਿਤ ਗੈਰ ਹਾਜ਼ਰੀ ਸਰਾਸਰ ਬਹਾਨਾ ਹੈ। ਉਹਨੇ ਥੋੜੀ ਦੇਰ ਰੁੱਕ ਕੇ ਫਿਰ ਆਪਣੇ ਭਰਾ ਨੂੰ ਜਤਿੰਦਰਵਾਲ ਭੇਜਿਆ ਤੇ ਕਿਹਾ ਐਤਕਾਂ ਕਿਸੇ ਤੋਂ ਉਹਦੇ ਬਾਰੇ ਕੁਝ ਨਾ ਪੁੱਛੀ ਸਿੱਧਾ ਉਹਦੇ ਕਮਰੇ 'ਚ ਜਾ ਕੇ ਵੇਖੀ ਕਿ ਉਹ ਘਰ ਹੈ ਜਾਂ ਸੱਚਮੁੱਚ ਹੀ ਕਿਧਰੇ ਬਾਹਰ ਚਲੀ ਗਈ। ਭਰਾ ਦੁਬਾਰਾ ਗਿਆ ਤੇ ਜਤਿੰਦਰ ਆਪਣੇ ਕਮਰੇ 'ਚ ਬੈਠੀ ਪੜਾਈ 'ਚ ਖੱਚਤਾ ਕਿਧਰੇ ਜਾਣ ਆਉਣ ਲਈ ਤਿਆਰ ਵੀ ਨਾ। ਜਤਿੰਦਰ ਵੱਲੋਂ ਹੋਏ ਇਸ અપਮਾਨ ਨੇ ਸਤਿੰਦਰ ਦੀਆਂ ਅੱਖਾਂ ਖੋਲ ਦਿੱਤੀਆਂ। ਉਹਨੇ ਮਹਿਸੂਸ ਕੀਤਾ ਕਿ ਜੇ ਮੇਰੀ ਜਤਿੰਦਰ ਵਰਗੀ ਲਾਡਲੀ ਸਹੇਲੀ ਵੀ ਮੈਨੂੰ ਮਿਲਣ ਲਈ ਤਿਆਰ ਨਹੀਂ ਇਹਦਾ ਮਤਲਬ ਹੈ ਕਿ ਮੈਂ ਕੋਈ ਜ਼ਿਆਦਾ ਹੀ ਕਨਾਉਣਾ ਦੁਰਕਰਮ ਕਰ ਬੈਠੀ। ਗਿਆਨੀ ਹਰਦੇਵ ਸਿੰਘ ਅਗਲੀ ਵਾਰ ਮਿਲੇ ਤਾਂ ਸਤਿੰਦਰ ਦੀ ਗੱਲ ਮੁਰ ਚੱਲ ਪਈ। ਉਹਨਾਂ ਨੇ ਦੱਸਿਆ ਵੀ ਹੁਣ ਤੱਕ ਬਚਕਾਨਾ ਰੋਮਾਂਸ ਦਾ ਕੱਚਾ ਨਸ਼ਾ ਉਤਰ ਚੁੱਕਿਆ। ਕੁੜੀ ਪੂਰੇ ਹੋਸ਼ 'ਚ ਹੈ। ਇਸ ਵੇਲੇ ਤੋ ਪ੍ਰਸਚਿਤ ਵਜੋਂ ਜਬਜੀ ਸਾਹਿਬ ਦਾਸ ਸਵਾ ਲੱਖ ਪਾਠ ਕਰਨ ਚ ਰੁੱਝੀ ਹੋਈ ਹੈ। ਅਦਾਲਤ ਦੀ ਵਾਰੰਟ ਵਿੱਚ ਦਿੱਤੀ ਤਾਰੀਖ ਤੋਂ ਕੁਝ ਦਿਨ ਪਹਿਲਾਂ ਲੜਕੀ ਹੋਰ ਸ਼ਹਿਰ ਆਪਣੇ ਰਿਸ਼ਤੇਦਾਰਾਂ ਕੋਲ ਚਲੀ ਗਈ। ਸੋ ਵਾਰੰਟ ਦੀ तामील ਨਾ ਹੋ ਸਕੇ ਤੇ ਮੁਕੱਦਮਾ ਮੁਲਤਵੀ ਹੋ ਗਿਆ। ਅਗਲੀ ਪੇਸ਼ੀ ਦੇ 2 ਦਿਨ ਤੋਂ ਅੱਗੋਂ ਉਹ ਆਪਣਾ ਸਵਾ ਲੱਖ ਪਾਠ ਮੁਕਾ ਬੈਠੀ ਸੀ ਤੇ ਜਿਹੜੇ ਸੁਨਹਿਰੀ ਸੁਪਨੇ ਬੰਗਾਲੀ ਬਾਬੂ ਨੇ ਉਹਨੂੰ ਦਿਖਾਏ ਸੀ ਉਹਨਾਂ ਦੀ ਹਕੀਕਤ ਤੋਂ ਸੁਚੇਤ ਹੋ ਗਈ ਸੀ। ਸੂ ਅਦਾਲਤ ਨੇ ਪੁੱਛਗਿੱਛ ਕਰਨ ਤੋਂ ਪਹਿਲਾਂ ਹੀ ਉਹਨੇ 8 ਪੰਨਿਆਂ ਦਾ ਹਲਫੀਆ ਬਿਆਨ ਤਿਆਰ ਕਰ ਲਿਆ ਤਸਦੀਕ ਕਰਾ ਕੇ ਕਚਹਿਰੀ 'ਚ ਪੇਸ਼ ਕਰ ਦਿੱਤਾ ਕੋਸਟ ਹੋਨੇ ਪੂਰੀ ਤਫਸੀਲ 'ਚ ਦੱਸ ਦਿੱਤਾ ਸੀ ਕਿ ਮਾਜੂਮਦਾਰ ਉਹਨੂੰ ਕਿੱਥੇ ਕਿੱਥੇ ਲਈ ਫਿਰਿਆ ਕਿਹੜੇ ਕਿਹੜੇ ਅਪਰਾਧ ਉਹਨੇ ਮਕਰ ਫਰੇਬ ਦੀ ਆੜ 'ਚ ਕੀਤੇ ਕੁਦਰਤੀ ਤੌਰ ਤੇ ਮਾਜੂਮਦਾਰ ਦੀ ਦਰਖਾਸਤ ਖਾਰਜ ਹੋ ਗਈ ਤੇ ਜਤਿੰਦਰ ਦੇ ਮਾਂ-ਬਾਪ ਨੇ ਉਹਦਾ ਵਿਆਹ ਆਪਣੇ ਵਾਅਦੇ ਅਨੁਸਾਰ ਉਹਦੀ ਇੱਛਾ ਦੇ ਅਨੁਕੂਲੀ ਕਰ ਦਿੱਤਾ ਉਹਦਾ ਲਾੜਾ ਮਜੂਮਦਾਰ ਨਹੀਂ ਕੋਈ ਹੋਰ ਸੀ ਉਹਦੇ ਨਾਲ ਉਹ ਬਹੁਤ ਬਹੁਤ ਗੁਣਵਾਨ ਹਰ ਤਰ੍ਹਾਂ ਸਹਿਯੋਗ ਉਹਨੂੰ ਭੁੱਲਾ ਨਾ ਜਾਣੀਏ ਜਿਹੜਾ ਸ਼ਾਮੀ ਘਰ ਆ ਜਾਏ ਇਸ ਲੇਖ ਵਿੱਚ ਦਿੱਤੇ ਸਭ ਨਾਂ ਕਾਲਪਨਿਕ ਹਨ ਧੰਨਵਾਦ